ਜਿਹਨੀਆਂ ਦੀਆਂ ਅਜੇ ਤੱਕ ਜਣਾ ਗੰਦ ਦੀਆਂ ਢੇਰੀਆਂ 'ਚ ਲੱਗੀਆਂ ਨੇ ਉਹਨਾਂ ਦੀ ਮਾਨਸਿਕਤਾ ਬਦਲਦੀ ਨਹੀਂ ਉੱਤਰਾਖੰਡ ਦੀ ਇੱਕ ਕੁੜੀ ਹਾਕੀ 'ਚ ਸੋਨਾ ਖੇਡਿਆ ਲੀਗ ਮੈਚਾਂ 'ਚ ਉਹ ਜਿਹੜਾ ਅਖੀਰਲਾ ਸਾਊਥ ਅਫਰੀਕਾ ਵਾਲਾ ਮੈਚ ਸੀ ਜਦੋਂ ਜ਼ਾਬਦਾ ਸੀ ਗੱਲ ਨਹੀਂ ਬਣਨੀ ਜਿਹੜਾ ਗੋਲ ਕਰਕੇ ਤੇ ਇੱਕ ਕੁੜੀ ਨੇ ਕੁਆਟਰਫਾਈਨਲ ਤੱਕ ਟੀਮ ਭੇਜੀ ਉਹ ਕੁੜੀ ਉੱਤਰਾਖੰਡ ਦੀ ਹੈ ਜੀ ਰੋਸ਼ਨਾਬਾਦ ਦੀ ਕੱਲ ਜਦੋਂ ਹਾਕੀ ਟੀਮ ਹਾਰ ਗਈ ਪਿੰਡ ਦੇ ਵਿੱਚੋਂ ਉੱਚੀ ਜਾਤੀ ਵਾਲੇ ਕੁਝ ਬੰਦੇ ਉਹਨਾਂ ਪਟਾਕੇ ਚਲਾਏ ਤੇ ਉਹ ਕਿਉਂਕਿ ਉੱਚੀ ਜਾਤੀ ਚੋਂ ਨਹੀਂ ਉਹਦੇ ਘਰ ਆ ਕੇ ਨੱਚੇ ਤੇ ਜਦੋਂ ਉਹਦਾ ਪਰਿਵਾਰ ਬਾਹਰ ਆਇਆ ਅਜੀ ਸ਼ੁਕਰਿਆ ਸਾਰੇ ਕੱਪੜੇ ਨਹੀਂ ਪਰ ਕੁਝ ਅੱਧ ਪਚਦੇ ਕੱਪੜੇ ਲਾ ਕੇ ਨੰਗੇ ਹੋ ਕੇ ਨੱਚੇ ਤੇ ਆਖਿਆ ਇਹ ਕਿ ਇਹੋ ਜਿਹਿਆਂ ਦਲਤ ਜਾਤੀ ਦੀਆਂ ਬਹੁਤੀਆਂ ਕੁੜੀਆਂ ਭਰਤੀ ਕੀਤੀਆਂ ਸੀ ਟੀਮ ਕਿੱਥੋਂ ਜਿਤਨੀ ਸੀ ਹੁਣ ਥਾਣੇਦਾਰੇ ਕਹਿੰਦਾ ਕਿ ਉਹਨਾਂ ਚੋਂ ਇੱਕ ਬੰਦੇ ਦੀ ਸਾਨੂੰ ਪਛਾਣ ਹੋ ਗਈ ਹੈ ਦੇਸ਼ ਦਾ ਸਿਰਫ ਚਾ ਕਰਨ ਵਾਸਤੇ ਜਿਹੜੀਆਂ ਧੀਆ ਨੇ ਸਾਰਾ ਕੁਝ ਕਰ ਦਿੱਤਾ ਉਹਨਾਂ ਦੇ ਘਰ ਅੱਗੇ ਜਾ ਕੇ ਇਸ ਤਰ੍ਹਾਂ ਦੀ ਬਦਤਮੀਜ਼ੀ ਹੋਵੇ ਇਹਦੇ ਉੱਤੇ ਥਾਣੇਦਾਰ ਕਿਉਂ ਬੋਲੇ ਉੱਤਰਾਖੰਡ ਦੇ ਮੁੱਖ ਮੰਤਰੀ ਨੂੰ ਬੋਲਣਾ ਚਾਹੀਦਾ ਜੀ ਉੱਤਰਾਖੰਡ ਦੀ ਪੁਲਿਸ ਦੇ ਡੀਜੀਪੀ ਨੂੰ ਬੋਲਣਾ ਚਾਹੀਦਾ ਦੇਸ਼ ਦਾ ਪ੍ਰਧਾਨ ਮੰਤਰੀ ਉੱਥੇ ਫੋਨ ਕਰਦਾ ਪਿਆ ਉਹ ਨੂੰ ਆਪਣੇ ਪੈਰਾਂ ਥੱਲੇ ਨਹੀਂ ਦੱਸਦਾ ਕੀ ਹੋ ਰਿਹਾ ਕਿ ਭਾਜਪਾ ਦੇ ਰਾਜ ਵਿੱਚ ਉਹ ਦਿਵੰਗ ਉਸ ਕੁੜੀ ਦੇ ਘਰ ਗੇ ਚਾ ਕੇ ਨੱਚੇ ਦੇਸ਼ ਦਾ ਗ੍ਰਹਿ ਮੰਤਰੀ ਕਿਉਂ ਨਹੀਂ ਬੋਲਿਆ ਦੇਸ਼ ਦਾ ਖੇਡਾਂ ਬਾਰੇ ਮੰਤਰੀ ਕਿਉਂ ਨਹੀਂ ਬੋਲਿਆ ਕੀ ਕੀ ਹੈ ਅੱਜ ਚੌਥਾ ਦਿਨ ਹੈ ਮੜਮੜ ਕੇ ਗੂਗਲ ਤੋਂ ਰਿਪੋਰਟਾਂ ਆਉਂਦੀਆਂ ਜਿਹੜੀ ਪੀਵੀ ਸਿੰਧੂ ਨੇ ਮਾਣ ਦਵਾਇਆ ਕਾਂਸੇ ਦਾ ਮਡ ਲਿਆ ਕੇ ਜੀ ਜਿਨੇ ਲਗਾਤਾਰ ਦੋ 올림픽ਸ ਵਿੱਚ ਮੈਡਲ ਜਿੱਤੇ ਆ ਗੂਗਲ ਦੇ ਉੱਤੇ ਉਹਦਾ ਨਾਂ ਭਰ ਕੇ ਤੇ ਲਗਾਤਾਰ ਸਰਚ ਹੋ ਰਹੀ ਆ ਲਗਾਤਾਰ ਫੋੜਿਆ ਜਾ ਰਿਹਾ ਇਹਦੀ ਜਾਤ ਕਿਹੜੀ ਆ ਅੱਗੇ ਤਾਂ ਕਹਿੰਦੇ ਸੀ ਜਾਤ ਨਹੀਂ ਪੁੱਛੀ ਦੀ ਸਾਧਾਂ ਦੀ ਸਾਧ ਦੀ ਤੇ ਸਾਧੂ ਕੀ ਜਾਤ ਜਿਹੜੀ ਉਹ ਤੇ ਨਹੀਂ ਇੱਥੇ ਤਾਂ ਇਹ ਆ ਇਸ ਖਡਾਰਨ ਦੀ ਜਾਤ ਪੁੱਛੀ ਜਾ ਰਹੀ ਹੈ ਕਿ ਜੇ ਸਾਡੀ ਜਾਤ ਦੀ ਹੋਵੇ ਜੇ ਉੱਚੀ ਜਾਤ ਦੀ ਹੋਵੇ ਫਿਰ ਤਾਂ ਤਾੜੀਆਂ ਮਾਰਾਂਗੇ ਨਹੀਂ ਤੇ ਫਿਰ ਉਹ ਕਰੋਗੇ ਜੋ ਰੋਸ਼ਨਾਬਾਦ ਵਿੱਚ ਇਸ ਕੁੜੀ ਦੇ ਘਰ ਹੱਕੀ ਖੜਨ ਦੇ ਘਰ ਦੇ ਅੱਗੇ ਜਾ ਕੇ ਕੀਤਾ ਗਿਆ ਉਹ ਸਿਸਟਮ ਨੂੰ ਉਸ ਸਿਸਟਮ ਦੇ ਅਧਿਕਾਰੀਆਂ ਨੂੰ ਉੱਥੋਂ ਦੇ ਖੇਡ ਨਾਲ ਸੰਬੰਧਿਤ ਜਿੰਨੇ ਲੋਕ ਨੇ ਪ੍ਰਬੰਧਕ ਤੇ ਉੱਥੋਂ ਦੇ ਥਾਣੇਦਾਰ ਨੂੰ ਇਹਨਾਂ ਸਾਰੀ ਸਾਰਿਆਂ ਵੇਸਕਲ ਦਾ ਜਵਾਬ ਦੇਣਾ ਚਾਹੀਦਾ ਕਿ ਜਿਹੜੀ ਕੁੜੀ ਗਰੀਬ ਘਰ ਚੋਂ ਉੱਠੀ ਪਤਾ ਨਹੀਂ ਕਿੰਨੀ ਗਰੀਬੀ ਹੰਡਾਈ ਉਹਨੇ ਜੀ ਤੇ ਉੱਥੇ ਜਾ ਕੇ ਦੇਸ਼ ਦੀ ਖਾਤਰ ਮੁੜਕਾ ਵੰਗਾਲ ਨਹੀਂ ਵਗਾਉਂਦੇ ਆ ਔਰ ਸਾਰੀ ਦੁਨੀਆ ਚ ਉਹ ਚਮਕੀ ਆ ਕਿਉਂਕਿ ਉਹਦੇ ਗੋਲ ਨਾਲ ਟੀਮ ਕੁਆਰਟਰ ਫਾਈਨਲ ਚ ਗਈ ਸੀ ਉਹਦੇ ਘਰ ਗਏ ਜਾ ਕੇ ਨੰਗਿਓ ਕੇ ਨੱਚਣ ਤੇ ਗੰਦੀਆਂ ਗਾਲਾਂ ਕੱਢਣ ਤੇ ਉਹਦੀ ਜਾਤ ਦਾ ਨਾਂ ਲੈ ਕੇ ਗਾਲਾਂ ਕੱਢੀਆਂ ਜਾਂ